ਦਿਨਾਂ ਦਿਨਾਂ ਕਰੀ ਜਾਂਦਾ ਹੈਗਾ। ਤੇ ਤੁਸੀਂ ਬੋਲ ਲਓ ਭਰਾ ਕੁਛ ਸਲਾਬਿਆ ਜਿਹਾ ਵਲੌਗ ਬਣਾਉਣਾ ਵਾ ਵਧੀਆ ਜੀ। 1 2 3 ਦੱਸ ਕੀ ਕਰਾਂ ਤੇਰੇ ਤੇ ਮਾਰਾਂ ਸ਼ੇਅਰ ਕਰਨ ਜਾ ਰਿਹਾ ਵਾ। ਅੱਜ ਐਂਜਲ ਨੇ ਘਰੇ ਆਉਣਾ ਵਾ, ਪਰ ਮੈਂ ਕਿਹਾ ਚਲੋ ਆਪਾਂ ਵਲੌਗ ਬਣਾ ਲੈਂਦੇ ਹਾਂ, ਬਾਕੀ ਵੇਖਦੇ ਸਾਰਾ ਦਿਨ ਕੀ ਕਰਦੇ ਆ। ਤੇ ਇੱਕ ਮੈਂ ਜਿਮ ਵਗੈਰਾ ਵੀ ਛੱਡਿਆ ਹੋਇਆ ਸੀ, ਮੈਂ ਠੀਕ ਨੀ ਨਾ ਹੈਗਾ ਸੀਗਾ, 3 ਹਫ਼ਤੇ ਮੈਂ ਐਕਸਰਸਾਈਜ਼ ਵੀ ਨਹੀਂ ਲਾਈ। ਅਤੇ ਹੁਣ ਮੈਂ ਤੋਂ ਦੁਬਾਰਾ ਜਿਮ ਵਗੈਰਾ ਚਾਲੂ ਕੀਤਾ ਵਾ, ਅਤੇ ਮੈਂ ਜਿਮ ਤੋਂ ਆਇਆ ਤਾਂ ਸੀ, ਤਾਂ ਮੈਂ ਮਾੜੇ ਵਾਲ ਵਲੂ ਸੈੱਟ ਕਰਾ ਕੇ ਆਇਆ, ਆਪਣੇ ਖੜ੍ਹੇ ਕਰਵਾਏ ਆ ਵਾਲ ਫਿਰ ਤੋਂ ਮੈਂ, ਅਤੇ ਜਿਮ ਹੁਣ ਮੈਂ ਜਿਮ ਵੀ ਚਾਲੂ ਕਰਤਾ ਵਾ। ਅਤੇ ਇੱਕ ਕਈ ਲੋਕ ਕਹਿੰਦੇ ਆ ਕਿ ਇਹਦੇ ਬਿਮਾਰ ਹੀ ਹੁੰਦਾ ਤੀਜੇ ਦਿਨ ਬਿਮਾਰ ਹੋ ਜਾਂਦਾ, ਉਹ ਭਰਾਵਾ ਆਪਣਾ ਆਪਣਾ ਸਿਸਟਮ ਆ, 100 ਟੈਨਸ਼ਨਾਂ ਹੁੰਦੀਆਂ ਬੰਦੇ ਨੂੰ ਕਿਸੇ ਨਾ ਕਿਸੇ ਗੱਲ ਦੀਆਂ, ਠੀਕ ਹੈ, ਅਤੇ ਬੰਦਾ ਬਿਮਾਰ ਬਿਮੂਰ ਹੋ ਜਾਂਦਾ ਵਾ, ਅਤੇ ਆਹ ਗੱਲ ਹੁੰਦੀ ਆ। ਬਾਕੀ ਵਲੌਗ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ, ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਅਤੇ ਵਲੌਗ ਨੂੰ ਲਾਸਟ ਤੱਕ ਵੇਖਿਓ। ਅਤੇ ਮੈਂ ਮਾੜੀ ਮਾਲਿਸ਼ ਕਰਾਉਂਦੇ ਆਪਣੇ, ਮੈਂ ਮਤਲਬ ਜਿਮ ਜੁੰਮ ਕਰਕੇ ਨਾ ਪੂਰੀ ਬੋਡੀ ਮਸਾਜ ਕਰਾਉਂਦਾ ਹੁੰਦਾ ਆਪਣੀ, ਅੰਕਲ ਜੀ ਕਰਦੇ ਪਏ ਆ। ਅਤੇ ਇੱਕ ਹੋਰ ਗੱਲ, ਕੋਈ ਵੀ ਬੰਦਾ ਇੱਦਾਂ ਨਾ ਕਿ ਉਹ ਪੁੱਠਾ ਸਿੱਧਾ ਕਿ ਬਜ਼ੁਰਗ ਬੰਦੇ ਕੋਲ ਮਾਲਿਸ਼ ਕਰਾਉਂਦਾ, ਤੂੰ ਅੰਕਲ ਜੀ ਤੁਹਾਡਾ ਕੰਮ ਆ ਨਾ ਇਹ, ਹਾਂਜੀ ਇਹ ਅੰਕਲ ਜੀ ਹੋਣਾ ਦਾ ਕੰਮ ਹੈਗਾ ਵਾ, ਇਹ ਸਭ ਦੇ ਘਰੇ ਤੁਸੀਂ ਮਤਲਬ ਕਿੰਨੇ ਘਰਾਂ 'ਚ ਤੁਸੀਂ ਅੰਕਲ ਜੀ ਜਾਂਦੇ ਚਾਹੀਦਾ ਨਾ? ਅਤੇ ਇੱਦਾਂ ਕੋਈ ਮੇਰਾ ਵੀਰ ਭਰਾ ਕਮੈਂਟ ਨਾ ਕਰਿਓ ਕਿ ਤੂੰ ਬਜ਼ੁਰਗ ਬੰਦੇ ਕੋਲ ਕਰਾਉਂਦਾ, ਉਹਨਾਂ ਦਾ ਕੰਮ ਹੈਗਾ ਵਾ, ਉਹ ਸਾਰਿਆਂ ਦੇ ਇੱਦਾਂ ਕਰਦੇ ਮਾਲਿਸ਼ ਵਗੈਰਾ। ਅਤੇ ਮੈਂ ਵੀ ਚਲੋ ਮੈਂ ਵੀ ਆਪਣੀ ਕਰਵਾਉਂਦਾ ਹੁੰਦਾ ਸ਼ਨੀਵਾਰ ਅਤੇ ਸ਼ਨੀਵਾਰ, ਕਿਉਂਕਿ ਜਿਮ ਵਾਲੇ ਵੀਰਾਂ ਨੂੰ ਪਤਾ ਹੋਣਾ ਵਾ ਯਾਰ ਕਰਾਉਣੀ ਹੁੰਦੀ, ਮਸਲ ਮੁਸਲ ਖੁੱਲ ਜਾਂਦੇ ਆ, ਹੈ ਨਾ? ਬਾਕੀ ਸਾਰੇ ਨਹੀਂ ਕਰਾਉਂਦੇ ਹੋਣਗੇ, ਮੈਂ ਤਾਂ ਕਰਾਉਣਾ ਹੀ ਹਾਂ ਯਾਰ। ਅਤੇ ਬਾਕੀ ਵਲੌਗ ਨੂੰ ਲਾਸਟ ਤੱਕ ਜ਼ਰੂਰ ਵੇਖੋ, ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ, ਅਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਮੈਂ ਹੁਣ ਮਾਲਿਸ਼ ਕਰਾਉਣਾ, ਫਿਰ ਉਹ ਤੋਂ ਬਾਅਦ ਵਲੌਗ ਅਤੇ ਅੱਗੇ ਬਣਾਉਂਦੇ ਹਾਂ। A few moments later. ਲਓ ਵੀ ਮਿੱਤਰੋ, ਮੈਂ ਮਾਲਿਸ਼ ਵਗੈਰਾ ਕਰਾ ਲਈ ਸੀਗੀ, ਅਤੇ ਨਹਾ ਧੋ ਕੇ ਫਰੈਸ਼ ਹੋ ਗਏ ਆਪਾਂ, ਹੁਣ ਵਾਲ ਵੀ ਮਾੜੇ ਮੋਟੇ ਹੋ ਗਏ ਸਹੀ। ਮੈਂ ਨਿੱਕੇ ਨਿੱਕੇ ਰਹਿ ਹੇਅਰ ਵਾਲ ਖੜ੍ਹੇ ਹੋਣੇ ਨਹੀਂ ਸੀਗੇ, ਉਹ ਫਿਰ ਮਹਾਂ ਹੀ ਕਿਤੇ ਮਾੜੇ ਮੋਟੇ ਸੈੱਟ ਕਰਾ ਗਏ ਆ, ਹੁਣ ਥੋੜ੍ਹੇ ਬਹੁਤਾ ਠੀਕ ਆ। ਬੜਾ ਪੰਗਾ ਨਿੱਕੇ ਵਾਲਾਂ ਦਾ, ਵੱਡੇ ਵਾਲ ਵਧੀਆ ਹੁੰਦੇ ਵੈਸੇ, ਹੁਣ ਠੰਡਾ ਆਉਣਗੀਆਂ ਫਿਰ ਵੱਡੇ ਰੱਖਣੇ, ਗਰਮੀ 'ਚ ਵਾਰਾਂ ਨਹੀਂ ਖਾਂਦਾ। ਅਤੇ ਮਾਸੀ ਆਏ ਹੋਏ ਸੀਗੇ, ਮਾਸੀ ਮੇਰੇ ਵਾਸਤੇ ਲੈ ਗਏ ਲੱਸੀ। ਵਧੀਆ ਪੈਰੀ ਪਹਿਲਾਂ ਵੀ ਕਰਦੇ ਹੁੰਦੇ ਆ, ਉਹ ਨਹੀਂ ਕਈ ਦੇ ਟ੍ਰੈਡੀਸ਼ਨਲ ਸਟਾਈਲ ਜ਼ਿਆਦਾ ਮਾਰਦੇ ਆ। ਉਦਣ ਸ਼ਾਇਦ ਤੁਸੀਂ ਬੈਠੇ ਸੀਗੇ, ਉਦਣ ਹੱਥ ਹੁੱਥ ਮਿਲਾ ਲਿਆ, ਉਹ ਕਹਿੰਦੇ ਹੱਥ ਮਿਲਾਉਂਦੇ ਪੈਰੀ ਪੈਂਦੇ ਹੀ ਨਹੀਂ, ਪੈਰੀ ਹੱਥ ਵੀ ਲਾਉਂਦੇ ਭਰਾਵਾ, ਕਈ ਵਾਰੀ ਮਾੜਾ ਹੱਥ ਮਿਲਾਈ ਦਾ ਵਾ। ਅਤੇ ਤੁਸੀਂ ਕੀ ਬਣਾਉਂਦੇ? ਕੜੀ ਕਿਹੜੀ ਖੁਸ਼ੀ ਚੋਲ ਐਂਜਲ ਦੀ ਡਿਮਾਂਡ। ਹਾਂ ਹਾਂ ਮੰਮੀ ਬਣਾਉਂਦੇ ਆ ਪਕੌੜੇ, ਤਲਾਉਂਦੇ ਪਹਿਲਾਂ ਕੜੀ 'ਚ ਪਾਉਣ ਵਾਸਤੇ, ਹੈ ਨਾ? ਲੱਸੀ ਕਿੱਥੇ ਆ? ਮਾਸੀ ਮੇਰੇ ਵਾਸਤੇ ਜਦੋਂ ਕੋਲ ਲੈ ਕੇ ਆਉਂਦੇ ਆ, ਡਾਇਟ ਕੌਂਸ਼ੀਅਸ ਹੀ ਲੈ ਕੇ ਆਉਂਦੇ ਆ, ਲੱਸੀ ਪੀਂਦੇ ਆ ਆਪਾਂ। ਹੁਣ ਮੰਮੀ ਬਣਾਉਂਦੇ ਕੜੀ, ਚਾਲ ਚਾਵਲ ਬਣਾਉਂਦੇ ਪਏ, ਠੀਕ। ਅਤੇ ਉਹਨੇ ਕਦੋਂ ਆਉਣਾ? ਸਾਢੇ 3। ਅੱਛਾ ਠੀਕ ਆ, ਲੱਸੀ ਪੀਂਦੇ ਆ। ਅਤੇ ਬਾਕੀ ਆ ਜਾਣਾ ਉਹਨੇ ਥੋੜ੍ਹੀ ਦੇਰ ਤੱਕ ਐਂਜਲ ਨੇ ਵੀ, ਅਤੇ ਫਿਰ ਆਪਾਂ ਅੱਗੇ ਵਲੌਗ ਕਰਾਂਗੇ, ਹੁਣ ਵੇਖਾਂਗੇ। ਅਤੇ ਮੌਲਿਕ ਕਿੱਥੇ ਸੱਚ? ਮੌਲਿਕ ਹੈਗਾ ਸਕੂਲ। ਉਹਨੇ ਕਦੋਂ ਆਉਣਾ? 2 ਵਜੇ ਛੁੱਟੀ ਹੋਣੀ, ਫਿਰ ਚੱਲ ਜਾਂਦੇ ਆਉਣਾ, ਫਿਰ ਜਦੋਂ ਕਿੱਥੇ ਚੱਲਣਾ, ਮੈਂ ਚੱਲ ਜਾਣਾ ਹੁਣੇ। ਅੱਛਾ ਮੈਨੂੰ ਸਕੂਲੋਂ ਜਲਦੀ ਛੁੱਟੀ, ਮੌਲਿਕ ਨੇ ਆਉਣਾ ਪੈਣਾ ਨਹੀਂ ਹੈ, ਮੌਲਿਕ ਅੱਜ ਰੁਕੂਗਾ ਨਹੀਂ, ਚੱਲ ਜਾਣਾ ਹੈਗਾ ਵੀ। ਸਕੂਲ ਛੁੱਟੀ ਹੋ ਗਈ, ਅੱਜ 10th ਦਾ ਰਿਜ਼ਲਟ ਆਇਆ ਨਾ, ਸਕੂਲ ਸ਼ਿਕਸ਼ਾ ਮੈਂ ਜਲਦੀ ਛੁੱਟੀ ਹੋ ਗਈ। 10ਵੀਂ ਦਾ ਰਿਜ਼ਲਟ ਆਇਆ, ਫੇਅਰਵੈਲ ਹੁੰਦੀ ਹੋਣੀ ਯਾਰ ਸਕੂਲੇ, ਹੈ ਨਾ? ਹਾਂ ਹੋ ਗਈ, ਮਤਲਬ ਸੈਸ਼ਨ ਐਂਡ ਤੇ ਹੋ ਗਈ। ਚਲੋ ਫਿਰ, ਮੈਂ ਸਮਝ ਨਹੀਂ ਆਉਂਦੀ ਆ ਬੰਦਾ ਬੋਲੇ ਕਿ ਵਲੌਗ ਬੜੇ ਦਿਨਾਂ ਦਿਨਾਂ ਦਾ ਦਿਨਾਂ ਬਾਅਦ ਤਾਂ ਬਣਾਈ ਦੇ।
ਦੀ ਨਾਲ ਇਹਨਾਂ ਕਰੀ ਜਾਂਦਾ ਤੇ ਤੁਸੀਂ ਬੋਲ ਲਓ ਭਰਾ ਕੁਛ ਸਲਾਬਿਆ ਜਿਹਾ ਵਲੋਗ ਬਣਾਉਣਾ ਵਾ ਵਧੀਆ ਜੀ ਕੜੀ ਬਣਾਇਓ ਠੀਕ ਆ ਮੈਨੂੰ ਪਹਿਲਾਂ ਰੋਟੀ ਰੋਟੀ ਖਾਓ ਮੈਨੂੰ ਭੁੱਖ ਲੱਗੀ ਕਿਸੇ ਦਾ ਖਾਧਾ ਨਹੀਂ ਪਾਉਂਦਾ ਕੋਈ ਨਹੀਂ ਗੈਸ ਨੂੰ ਕੜਾਹੀ ਚੁੱਕ ਕੇ ਰੱਖ ਦਿਓ ਸਾਈਡ ਤੇ ਬਸ ਯਾਰ ਇੰਜਲਾਂ ਦੀ ਫਿਰ ਹੀ ਗੱਲਾਂ ਨਿਕਲਣਗੀਆਂ ਸਾਡੇ ਗੱਲਾਂ ਹੀ ਆਉਣੀਆਂ ਕਿਹੜੀਆਂ ਕਰਨੀਆਂ ਬਾਕੀ ਵਲੋਗ ਨੂੰ ਲਾਸਟ ਤੱਕ ਵੇਖਿਓ ਸਪੋਰਟ ਕਰਿਆ ਕਰੋ ਦੱਬ ਕੇ ਅਤੇ ਮੈਂ ਵੀ ਜਾਣਾ ਕੱਲ੍ਹ ਜਾਂ ਪਰਸੋਂ ਆਪਣੇ ਦੋਸਤਾਂ ਨਾਲ ਕਸੋਲ ਘੁੰਮਣ ਚੱਲਾਂ ਮੈਂ ਅਤੇ ਮੈਂ ਕਿਹਾ ਚੱਲ ਅੱਜ ਦਾ ਵਲੋਗ ਬਣਾਈਏ ਬਾਕੀ ਕਸੋਲ ਦਾ ਵਲੋਗ ਵੇਖਾਂਗੇ ਬਣਾਉਣਾ ਕਿ ਨਹੀਂ ਬਣਾਉਣਾ ਯਾਰ ਮੈਂ ਯਾਰਾਂ ਬੇਲੀਆਂ ਨਾਲ ਜਾਣਾ ਵਾ ਠੀਕ ਆ ਬਣਾਉਂਦਾ ਤਾਂ ਵੈਸੇ ਮੈਂ ਹੁੰਦਾ ਵਲੋਗ ਚੱਲੇ ਨਾ ਚੱਲੇ ਉਹਦਾ ਨਹੀਂ ਮੈਨੂੰ ਕੁਛ ਪਤਾ ਹੁੰਦਾ ਮੈਂ ਬਣਾ ਲੈਂਦਾ ਹੁੰਦਾ ਵਲੋਗ ਬਾਕੀ ਮੈਂ ਸੋਚਦਾ ਮੈਂ ਕੱਲ੍ਹ ਮੈਂ ਜਦੋਂ ਮੈਂ ਕਸੋਲ ਜਾਣਾ ਨਾ ਮੈਂ ਉੱਥੇ ਵਲੋਗ ਰਹਿਣ ਦਾ ਮੈਂ ਰੀਲਾਂ ਵਗੈਰਾ ਹੀ ਬਣਾਊਂਗਾ ਜਾ ਕੇ ਉੱਥੇ ਘੁੰਮ ਫਿਰ ਲਵਾਂਗੇ ਥੋੜ੍ਹਾ ਜਿਹਾ ਯਾਰ ਅਤੇ ਬਾਕੀ ਚਲੋ ਇੰਜ ਲਾਉਂਦੀ ਫਿਰ ਅੱਗੇ ਵਲੋਗ ਕੰਟੀਨਿਊ ਕਰਦੇ ਹਾਂ ਬਾਕੀ ਜੋ ਮਾੜਾ ਮੋਟਾ ਵੇਖ ਲਾਂਗੇ ਲਓ ਵੀ ਮਿੱਤਰੋ ਮੈਂ ਮਾੜਾ ਜਿਹਾ ਬਾਹਰ ਚੱਲ ਗਿਆ ਸੀਗਾ ਮੇਰੇ ਦੋਸਤ ਆ ਗਏ ਸੀਗੇ ਆਪਾਂ ਮਾੜਾ ਜਿਹਾ ਘੁੰਮਣ ਜਾਣਾ ਨਾ ਉਹਦੀ ਪਲੈਨਿੰਗ ਕਰਦੇ ਪਏ ਸੀਗੇ ਅਤੇ ਮੈਂ ਬਾਹਰ ਚੱਲ ਗਿਆ ਹੁਣ ਮੈਂ ਘਰ ਆਇਆ ਵਾਂ ਅਤੇ ਇੰਜਲ ਮੇਰੇ ਆਉਣ ਤੋਂ 5 ਮਿੰਟ ਬਾਅਦ ਆ ਗਈ ਸਾਰੇ ਜਣੇ ਆ ਗਏ ਆ ਬਾਹਰ ਠੀਕ ਆ ਪਲਸਤਰ ਲੱਗਣਾ ਅਤੇ ਮਾਲਸ਼ ਦਾ ਨਹੀਂ ਸਿਸਟਮ ਬਣਿਆ ਨਹੀਂ ਫਰਕ ਨਹੀਂ ਪਿਆ ਪੱਟੀ ਨਾਲ ਫਿਰ ਉਹ ਲੱਕੜਾਂ ਜਿਹੀਆਂ ਲਾਈਆਂ ਨਹੀਂ ਦੇਖੀ ਉਹਨੇ ਖੁਸ਼ਬੂ ਮੈਨੂੰ ਤੇਰੀ ਯਾਦ ਹੁਣ ਵੈਸੇ ਧੋਪੀ ਹੈਗੀ ਵੈਸੇ ਬੜੇ ਬੰਦੇ ਮਾਰਦਾ ਹੁੰਦਾ ਮੈਂ ਵੇਖਦਾ ਲਾਨੇ ਆਪਾਂ ਪਬਜੀ ਦੀਆਂ ਪਬਜੀ ਪਨੀਰ ਲੈ ਪਨੀਰ ਵੀ ਹੈਗਾ ਜੇ ਮੈਂ ਬਣਵਾਈ ਰਾਤੀ ਭੁਰਜੀ ਬਣਵਾਈ ਮੈਂ ਬਾਹਰ ਗਿਆ ਰਾਤੀ ਫਿਰ ਭੁਰਜੀ ਖਾਧੀ ਘਰੇ ਹਾਂ ਫਿਰ ਕੜੀ ਚੌਲ ਖਾਣੇ ਤੂੰ ਤਾਂ ਲੇਟ ਉੱਠਦੀ ਨਾ ਕੰਮ ਤੇ ਜਾਣਾ ਤੈਨੂੰ ਕੰਮ ਹੁੰਦਾ ਹੋਣਾ ਤੂੰ ਲੇਟ ਉੱਠਦੀ ਮੈਂ ਕਿਹੜੇ ਕੰਮ ਤੇ ਜਾਂਦੀ ਹਾਂ ਮੈਂ ਕੰਮ ਕਰ ਰਹੀ ਹਾਂ ਉੱਥੇ ਜਿੰਨਾ ਕਰਕੇ ਉਹਨੂੰ ਥੋੜਾ ਵਿਹਲੀ ਰਹਿ ਲੈਣ ਦੋ ਬੇਟੇ ਜਾਣ ਵਿਹਲੀ ਹਾਂ ਹੁਣ ਕਿਹੜੇ ਕੰਮ ਤੇ ਜਾਂਦੀ ਹਾਂ ਵਿਹਲੀ ਹਾਂ ਹੁਣ ਮੈਂ ਆਹੋ ਚੱਲ ਮੈਂ ਵੀ ਜਿੰਮ ਜੁੰਮ ਜਾਣਾ ਹੁੰਦਾ ਨਾ ਮੈਨੂੰ ਫਿਰ ਜਲਦੀ ਉੱਠਣਾ ਪੈਂਦਾ ਯਾਰ ਹਾਂ ਬਹੁਤ ਤੂੰ ਦਿਹਾੜੀ ਲਾਣ ਜਾਂਦਾ ਉੱਥੇ ਜਦੋਂ ਸੁੱਤੀ ਹੁੰਨੀ ਨਾ ਮੈਂ ਉੱਥੇ ਵਜਨ ਚੁੱਕਣ ਦੇ ਹੁੰਦਾ ਹਾਂ ਠੀਕ ਹੈ ਨਾ ਚਲੋ ਯਾਰ ਹੁਣ ਆਪਾਂ ਗੱਲਾਂ ਬਾਤਾਂ ਮਾਰ ਲਈਏ ਬਾਕੀ ਠੀਕ ਹੈ ਔਖਾ ਸੌਖਾ ਬਣਾ ਹੀ ਲਿਆ ਠੀਕ ਹੈ ਕੁਛ ਬੋਲ ਲਓ ਯਾਰ ਸਲਾਬਿਆ ਵਲੋਗ ਹੋ ਜਾਣਾ ਚਲੋ ਠੀਕ ਆ ਤੇ ਆ ਵੀਰ ਦਾ ਗਾਣਾ ਸੁਣਦੇ ਆਪਾਂ ਠੀਕ ਆ ਸੁਣਾ ਦੇ ਯਾਰ ਅੱਜ ਫਿਰ ਆਪਾਂ ਕੋਈ ਵੀ ਸੁਣਾ ਦੇ ਜਿਹੜਾ ਤੈਨੂੰ ਆਉਂਦਾ ਉਹ ਸੁਣਾ ਦੇ ਪ੍ਰੋਮੋਸ਼ਨ ਮੈਂ ਕਰ ਬੋਲਣ ਲੱਗਾ ਯਾਰ 1 2 3
ਦੱਸ ਕੀ ਕਰਾਂ ਤੇਰੇ ਤੇ ਮਾੜਾ ਖੇਡਦੇ ਪਏ ਆ ਪਬਜੀ ਵੇਲੋ ਇਹਨਾਂ ਨੂੰ ਕੋਈ ਹੋਸ਼ ਨੀ ਹੈਗੀ ਮੈਨੂੰ ਵੀ ਚਸਕਾ ਪਾਤਾ ਜੀ ਤੂੰ ਖੇਡਦਾ ਨੀ ਖੇਡਦਾ ਮੇਰਾ ਯਾਰ ਮੇਰੇ ਟੀਮ ਮੇਟ ਨੀ ਹੁੰਦੇ ਮੈਨੂੰ ਫਿਰ ਮਜ਼ਾ ਨੀ ਆਉਂਦਾ ਆ ਮੁੰਡਾ ਬੜਾ ਖੇਡਦਾ ਇੰਨਾ ਖੇਡਿਆ ਕਰ ਤੇਰੇ ਕੋ ਵੀ ਨੀ ਨਾ ਆਤੀ ਪਬਜੀ ਆ ਫੋਟੋ ਬੜੀ ਸੋਹਣੀ ਆਈ ਯਾਰ ਹੈਨਾ ਚਲੋ ਚਲੋ ਤੁਸੀਂ ਖੇਡ ਲੋ ਪਬਜੀ ਤੇ ਮੰਮਾ ਹੁਣ ਗਏ ਆ ਰੋਟੀ ਬਣਾਉਣ ਮੈਂ ਹੁਣ ਸਪੋਰਟ ਕਰਦੀ ਆ ਆਪਾਂ ਹੁਣ ਸਾਰੇ ਖਾਣ ਲੱਗੇ ਰੋਟੀ ਪਾਣੀ ਯੈਸ ਤੇ ਇਹ ਸਰਵ ਸੂ ਤੂੰ ਸਰਵ ਕਰਨਾ ਹਾਂ ਆ ਤੇਰੇ ਕਰਕੇ ਕੜੀ ਬਣਾਈ ਇਹਨਾਂ ਨੇ ਨਹੀਂ ਤਾਂ ਮੈਂ ਕੜੀ ਕੁੜੀ ਖਾਦਾ ਨਹੀਂ ਵਿੱਚ ਵਿਚਾਲੇ ਖਾ ਲਈਦੀ ਆ ਕਹਿੰਦਾ ਮੈਂ ਖਾਦਾ ਨਹੀਂ ਪਰ ਵਿੱਚ ਵਿਚਾਲੇ ਖਾ ਲਈਦੀ ਆਹੋ ਵਿੱਚ ਵਿਚਾਲੇ ਦਾ ਮਨ ਕਰਦਾ ਹੁੰਦਾ ਸੀ ਟਾਈਮ ਬੜਾ ਲੱਗਦਾ ਨਾ ਕੜੀ ਬਣਾਉਣ ਚ ਉੱਥੇ ਇਹੀ ਆਲਸ ਨਾ ਬਣਾਉਂਦੇ ਘੱਟ ਹੀ ਕਿ ਟਾਈਮ ਹੀ ਬੜਾ ਲੱਗਦਾ ਮੈਂ ਚੋਲ ਨਹੀਂ ਖਾਣੇ ਆ ਰੋਟੀ ਓ ਯਾਰ ਇੱਕ ਵਿਪਤਾ ਪੈ ਗਈ ਮੈਨੂੰ ਫਿਰ ਪਥਰੀ ਹੋ ਗਈ ਆ ਚੰਗੀ ਭਲੀ ਠੀਕ ਹੋ ਗਈ ਯਾਰ ਪਲੀਜ਼ ਤੂੰ ਕਮੈਂਟਾਂ 'ਚ ਸਾਰੇ ਜਣੇ ਦਾ ਪਥਰੀ ਦਾ ਇਲਾਜ ਪਤਾ ਕੀ ਹੋਇਆ ਮੇਰੀ ਪਥਰੀ ਠੀਕ ਹੋ ਗਈ ਸੀਗੀ ਉਹ ਕਹਿੰਦੇ ਚੋਲਾਂ ਨਾਲ ਬਣ ਜਾਂਦੀ ਆ ਇੱਕ ਤੇ ਜਿਮ ਜਾਈਦਾ ਕ੍ਰੀਟੀਨ ਮੈਂ ਪੀਂਦਾ ਨਹੀਂਗਾ ਪਥਰੀ ਕਰਕੇ ਕਹਿੰਦੇ ਫਿਰ ਪਲੀਜ਼ ਯਾਰ ਸਾਰੇ ਜਣੇ ਦਾ ਕੋਈ ਬੀਅਰ ਤਾਂ ਨਾ ਦੱਸਦਾ ਹੀ ਨਹੀਂ ਬੀਅਰ ਤਾਂ ਯਾਰ ਸੀਰੀਅਸ ਗੱਲ ਕਰੋ ਨਹੀਂ ਬੀਅਰ ਦੇ ਫਾਇਦੇ ਬੜੇ ਆ ਨਹੀਂ ਉਦਾਂ ਤਾਂ ਕਹਿੰਦੇ ਆ ਬੀਅਰ ਨਾਲ ਪਥਰੀ ਹਟਦੀ ਆ ਪਰ ਉਸ ਤੋਂ ਇਲਾਵਾ ਵੀ ਕੋਈ ਇਲਾਜ ਨਹੀਂ ਉਹ ਯਾਰ ਪਤਾ ਕੀ ਹੋਇਆ ਮੈਂ ਇਲਾਜ ਹੈਗਾ ਯਾਰ ਦੇਸੀ ਇਲਾਜ ਹੈਗਾ ਮੈਂ ਸੁਣਿਆ ਉਹ ਨਹੀਂ ਮੇਰੇ ਕੋਲ ਬਈ ਦਵਾਈ ਉਹਨਾਂ ਕੋਲ ਦਵਾਈ ਪੀ ਮੈਂ ਖਾਣਾ ਹੁਣ ਪਤਾ ਕੀ ਹੋਇਆ ਯਾਰ ਵੇਖੋ ਮੈਂ ਨਾ ਪਥਰੀ ਮੇਰੀ ਚੱਲ ਗਈ ਸੀ ਸ਼ਾਇਦ ਉਹ ਮੈਂ ਜਿਮ ਜੂਮ ਬੜੀ ਸੋਹਣੀ ਲਾਉਂਦਾ ਰਿਹਾ ਮੈਂ ਚੋਲ ਬਹੁਤ ਜ਼ਿਆਦਾ ਖਾਂਦਾ ਰਿਹਾ ਚੋਲ ਨਾਲ ਕਹਿੰਦੇ ਪਥਰੀ ਬਣ ਜਾਂਦੀ ਸੋਡਾ ਪੀਆ ਕਰ ਸੋਡਾ ਉਹ ਇੱਕ ਨਾਲੇ ਕ੍ਰੀਟੀਨ ਹੁੰਦਾ ਵਾ ਜਿਮ ਦਾ ਉਹ ਮੈਂ ਪੀਣਾ ਬੰਦ ਕੀਤਾ ਉਹ ਮੈਂ ਪੀਂਦਾ ਹੀ ਨਹੀਂ ਗਾ ਜਦੋਂ ਮੇਰੇ ਪਹਿਲੀ ਵਾਰ ਪਥਰੀ ਉਹ ਤੋਂ ਬਾਅਦ ਪੀਤਾ ਹੀ ਨਹੀਂ ਕਦੀ ਮੈਂ ਉਹ ਸੋਟੀ ਦਿੱਤਾ ਮੇਰੇ ਘਰਦਿਆਂ ਨੇ ਤੇ ਮੈਂ ਅਗਰ ਰੋਟੀ ਖਾਵਾਂਗਾ ਜਾਂ ਚੋਲ ਕਹਿੰਗੇ ਕੀ ਹੈ ਸਾਰੀ ਹਾਂ ਤੁਸੀਂ ਕੀ ਖਾਣਾ ਵਾ ਮੈਨੂੰ ਰੋਟੀ ਪਾ ਦੋ ਫਿਰ ਚੋਲ ਗਏ ਤੁਸੀਂ ਰੋਟੀ ਖਾਣੀ ਕਿ ਚੋਲ ਰੋਟੀ ਖਾ ਹੀ ਲਵਾਂਗੇ ਅੱਗੇ ਵੀ ਖਾ ਹੀ ਲਈ ਦੀ ਕਦੀ ਕਦਾਰ ਚਲੋ ਤੁਹਾਡੀਆਂ ਰੋਟੀਆਂ ਬਣੀਆਂ ਹੋਈਆਂ ਤੁਹਾਨੂੰ ਆਪਾਂ ਰੋਟੀ ਦਿੰਦੇ ਉਹ ਸੱਚ ਪਨੀਰ ਦੀ ਭੁਰਜੀ ਪਈ ਨਾ ਥੋੜੀ ਜੀ ਦੇ ਦੋ ਜਿੰਨੀ ਹੈਗੀ ਆ ਉਹ ਨਾਲੇ ਨਾ ਲੋਕੀ ਪਨੀਰ ਬੜਾ ਕਰਦੇ ਆ ਉਹ ਪਤਾ ਕੀ ਹੁੰਦਾ ਵਾ ਵੇਖੋ ਯਾਰ ਮੈਂ ਤੇ ਗੱਲ ਨੋਰਮਲ ਜੀ ਕੀਤੀ ਸੀਗੀ ਉਹ ਜਦੋਂ ਇੱਕ ਬੰਦਾ ਨੈਗੇਟਿਵ ਲੈ ਜਾਂਦਾ ਨਾ ਗੱਲ ਫਿਰ ਪਿੱਛੇ 100 ਬੰਦਾ ਨੈਗੇਟਿਵ ਲੈ ਜਾਂਦਾ ਵਾ ਠੀਕ ਆ ਤੇ ਚਲੋ ਕੋਈ ਚੱਕਰ ਨਹੀਂ ਬਾਕੀ ਮੈਂ ਆਪਣੇ ਹਿਸਾਬ ਨਾਲ ਵਧੀਆ ਗੱਲ ਕੀਤੀ ਸੀਗੀ ਜਦੋਂ ਮੈਨੂੰ ਲੋਕਾਂ ਨੇ ਸਪੋਰਟ ਵੀ ਕੀਤੀ ਸੀਗੀ ਜਿਹੜੀ ਮੈਂ ਪਨੀਰ ਵਾਲੀ ਗੱਲ ਕੀਤੀ ਠੀਕ ਹੈ ਉਹ ਇੱਕ ਬੰਦਾ ਗਲਤ ਬੋਲ ਪਿਆ ਉਹ ਪਿੱਛੇ ਸਾਰੇ ਹੀ ਗਲਤ ਬੋਲ ਪਏ ਲੋਕਾਂ ਨੂੰ ਪਤਾ ਹੀ ਨਹੀਂ ਗਾ ਪਨੀਰ ਦੀ ਕਹਾਣੀ ਕੀ ਆ ਲੋਕਾਂ ਨੂੰ ਪਤਾ ਹੀ ਨਹੀਂ ਗਾ ਸਟੋਰੀ ਹੈਗੀ ਕਿ ਪਨੀਰ ਵਾਲੀ ਉਹ ਐਵੇਂ ਲਾਈ ਲੱਗ ਪਿੱਛੇ ਪਨੀਰ ਪਨੀਰ ਕਰੀ ਜਾਂਦੇ ਆ ਕੋਈ ਚੱਕਰ ਨਹੀਂ ਯਾਰ ਤੇ ਜਿਹਨੇ ਪਨੀਰ ਕਦੀ ਵੇਖਿਆ ਨਹੀਂ ਆ ਵੇਖ ਲਓ ਫਿਰ ਉਹ ਨਹੀਂ ਸਹੀ ਗੱਲ ਆਪਾਂ ਕੀਤੀ ਸੀ ਗੱਲ ਪਨੀਰ ਦੀ ਨੋਰਮਲ ਜੀ ਹੈਨਾ ਉਹ ਇੱਕ ਬੰਦੇ ਨੇ ਨੈਗੇਟਿਵਿਟੀ 'ਚ ਬੋਲਿਆ ਉਹ ਸਾਰੇ ਨੈਗੇਟਿਵ ਹੋ ਗਏ ਰੋਟੀ ਖਾ ਕੇ ਫਿਰ ਅੱਗੇ ਵਲੋਗ ਬਣਾਉਂਦੇ ਕਾਕਰੋਚ
ਮਿੱਠੂ ਤੇਰੇ ਪਾਸ ਕੋਕਰੋਚ ਹੈ? ਤੇਰੇ ਪਾਸ ਹੈ? ਨਹੀਂ ਹੈ ਕਿਆ? ਇਧਰ ਦੇਖ ਨਾ, ਵੋ ਹੈ ਵੋ ਵਾਂ ਹੈ ਚਿਕਲੀ, ਵੋ ਦੇ ਚਿਕਲੀ ਭਾਈ ਕੇ ਪਾਸ ਹੈ, ਦੇਖ ਤੇਰੇ ਸਾਹਮਣੇ ਚਿਕਲੀ, ਤੇਰੀ ਸਾਈਡ ਮੇ ਚਿਕਲੀ, ਵੋ ਦੇ ਤੇਰੇ ਪਿੱਛੇ, ਦੇਖ ਪਿੱਛੇ, ਵੋ ਦੇ ਪਿੱਛੇ, ਬੋਰੀ ਬੋਰੀ ਮਿੱਠੂ ਹੈ ਹੈ ਚਲ ਕੋਈ ਨਹੀਂ, ਉਧਰ ਬਾਹਰ ਕੁਛ ਨਹੀਂ ਹੈ ਕੀ? ਉੱਚੀ ਬੋਲੋ ਨਾ, ਇਤਨੀ ਉੱਚੀ ਮਤ ਬੋਲੋ, ਸਪੀਕਰ ਫਟ ਜਾਏਗਾ ਕੈਮਰੇ। ਸਾਰਿਆਂ ਨੂੰ ਸੁਸਤੀ ਪੈ ਗਈ ਸੀ ਯਾਰ, ਮੈਂ ਤੇ ਸੋ ਗਿਆ ਸੀ। ਓਏ ਉਹ ਵੀ ਆ ਗਿਆ ਦਿਵਾਸ਼ੂ, ਤੇ ਮੈਂ ਸੋ ਗਿਆ ਤਾਂ ਸੀਗਾ। ਐਂਜਲ ਵੀ ਸੁੱਤੀ ਸੀ ਭਲਾ? ਮੈਂ ਸੁੱਤਾ ਸੀ, ਮੈਂ ਵਾਹਵਾ ਜਗ੍ਹਾ ਮਲੀ ਹੋਈ ਸੀ ਵਿਚਾਰੇ, ਵਿੱਚ ਵਿੱਚ ਵੜ ਕੇ ਬੈਠੇ ਪੂਰੀ ਐਂ ਰੋਡਵੇਜ ਦੀ ਬੱਸ ਜਿਵੇਂ ਬਹਿੰਦੇ ਨਾ ਓਦਾਂ ਬੈਠੇ ਸੀ ਸਾਰੇ। ਵੀ ਆ ਗਈ ਆ, ਤੂੰ ਸੁੱਤੀ ਨਹੀਂ ਸੀਗੀ? ਮਿੱਠੂ ਮੁਝੇ ਵੀ ਖਿਲਾ ਦੋ। ਕਿਉਂ ਕਿਉਂ ਨਹੀਂ ਖਿਲਾਣਾ? ਵੋ ਤੇ ਕੋਕਰੋਚ, ਮੈਂ ਕੋਕਰੋਚ ਲੈ ਆਊਂਗਾ ਤੇਰੇ ਪਾਸ। ਫਿਰ ਇੱਧਰ ਦੇਖ ਨਾ, ਦੇਖਦੀ ਨਹੀਂ ਹੈਗੀ ਯਾਰ, ਇਸਕੋ ਬੋਲੋ ਕੁਛ ਬੋਲਤੀ ਨਹੀਂ ਹੈ, ਸਾਰਾ ਕੁਛ ਤਾਂ ਮੈਂ ਹੀ ਬੋਲ ਰਹਾ ਹਾਂ। ਐਡਾ ਸੋਹਣਾ ਮੁੰਡਾ ਦੱਸ, ਮੈਂ ਭੂਤ ਹਾਂ ਦੱਸ? ਇੱਧਰ ਆਣਾ ਫਿਰ, ਬਾਈ ਕੇ ਪਾਸ ਵੀ ਤਾਂ ਵਾ। ਅੱਛਾ ਆ, ਮੈਂ ਛੋੜ ਕੇ ਆਊ ਮੰਮਾ ਕੇ ਪਾਸ। ਬਾਈ ਨੇ ਵਿਚਾਰਾ ਗੁੰਗਾ ਬੋਲਦਾ ਹੀ ਕੁਛ ਨਹੀਂ। ਬਾਈ ਕੀ ਬੋਲ ਰਹੇ? ਕੌਣ ਸੇ ਬਾਈ ਨੇ ਮਾਰਾ ਬਤਾ ਦੇ, ਫਿੰਗਰ ਸੇ ਬਤਾ ਦੇ। ਤੁਹਾਡੀ ਮੁੰਡਿਆਂ ਦੀ ਵੀ ਗਲਤੀ ਨਿਕਲ ਜਾਂਦੀ ਕਰ ਰਹੇ ਹਾਂ। ਮੈਂ ਉੱਪਰ ਜਾ ਰਹੀ ਸੀ ਕਿ ਤੁਸੀਂ ਫਿਰ ਮਾ ਜਾ ਰਹੇ ਆ? ਤੂੰ ਵੀ ਇੱਥੇ ਬੈਠੋਗੇ? ਮੁੰਡਾ ਹੁੰਦਾ ਮੇਰਾ, ਤੂੰ ਇੱਧਰ ਬੈਠ ਨਾ ਮੇਰੇ ਸਾਥ ਬੈਠ, ਅੱਜ ਜੀਰੇ ਕਰ ਦੂੰਗਾ। ਇੰਨੇ ਟਾਈਮ ਕਿਉਂ? ਮੈਨੂੰ ਵੀ ਖਵਾ ਦੋ ਕੁਝ, ਫਿਰ ਭੁੱਖ ਲੱਗ ਗਈ ਮੈਨੂੰ। ਮੈਨੂੰ ਦੋ ਚੌਲ ਮੜੇ, ਕੁਛ ਨਹੀਂ ਹੁੰਦਾ ਮੜੇ ਖਾ ਲੈਂਦੇ ਹਾਂ। ਦੋ ਜਣੇ ਇੱਧਰ ਮੇਰੇ ਵੱਲ ਆ ਜਾਓ, ਦੋ ਜਣੇ ਇੱਧਰ ਚੱਲ ਜਾਓ, ਵਾਰੀ ਵਾਰੀ ਬਣਾਈ ਜਾਵਾਂਗੇ। ਉਹ ਯਾਰ ਕਿੱਦਾਂ ਸਵੇਰ ਦੀ ਬੱਤੀ ਗਈ ਜੇ ਮਾੜੇ ਟਾਈਮ, ਆਹ ਵਾਲ ਵੇਖੋ ਕੀ ਘੋਂਸਲਾ ਖੜਾ ਕਰ ਲਿਆ ਮੈਂ। ਚਲੋ ਕੋਈ ਨੀ, ਮੈਂ ਕਿਹਾ ਚਲੋ ਮਾੜੇ ਮੋਟੇ ਵਾਲ ਖੜੇ ਹੋ ਗਏ ਤੇ ਕੋਈ ਨੀ ਰੀਲ ਬਣਾ ਲੈਂਦੇ ਆਪਾਂ, ਬਾਕੀ ਮੌਸਮ ਦਾ ਢੱਲ ਗਿਆ ਸਾਰਾ ਹੁਣ, ਨੀਂਦ ਮੈਨੂੰ ਹਾਲੇ ਤੱਕ ਆਉਂਦੀ ਹੈ। ਤੇ ਸਾਨੂੰ ਬੰਨਤਾ ਅੰਮੀ ਨੇ, ਹਾਂ ਚਲੋ ਇੱਕ ਹਾਜ਼ਰੀ ਲੱਗ ਗਈ, ਦੋ ਹਾਜ਼ਰੀ ਲੱਗੇ, ਵੇਖ ਲੈ ਤਿੰਨ ਵਧੀਆ ਚੜਿਆ ਜੀ। ਕੀ ਨਾਂ ਤੇਰਾ? ਦਿਵਿਆ। ਭਾਈ ਜਾਣੀਆਂ ਵਾ, ਗੁੱਸੇ ਨਾਲ ਭੌਂਕਣ ਦਿਆ ਜੀ ਅੱਜ, ਬਣ ਜਾਣੀਆਂ ਤੇਰੀ ਰੀਲਾਂ ਬਣਾਉਣੀਆਂ ਵਾ, ਉਹ ਬਣ ਜਾਣੀਆਂ ਜੀ। ਚਲੋ ਯਾਰ ਆਪਾਂ ਰੀਲਾਂ ਬਣਾਉਣ ਲੱਗੇ ਹਾਂ, ਤੇ ਓਏ ਦਿਵਿਆ 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 ਪਤਾ ਨਹੀਂ ਹੁੰਦਾ
ਲੈ ਪਤਾ ਨਹੀਂ ਹੁੰਦਾ ਯਾਰੀ ਉਹ ਨਹੀਂ ਉਹ ਸੱਚੀ ਕਈ ਵਾਰੀ ਨਹੀਂ ਜੇ ਪਤਾ ਹੁੰਦਾ ਇਹਦੇ ਵੱਲੋਂ ਤਾਂ ਪਤਾ ਇਹਨੂੰ ਨਹੀਂ ਕੁਛ ਕਹਿੰਦਾ ਹੈਗਾ ਤੁਹਾਨੂੰ ਤਾਂ ਖਾਣ ਨੂੰ ਪੈਂਦਾ ਪਤਾ ਨਹੀਂ ਕਿਵੇਂ ਚਲੋ ਯਾਰ ਆਪਾਂ ਰੀਲਾਂ ਬਣਾਉਣ ਲੱਗੇ ਉੱਪਰ ਜਾ ਕੇ ਹੁਣ ਬਣਾਉਣੇ ਵੈਸੇ ਆਪਾਂ ਰੀਲਾਂ ਹੀ ਆ ਕੰਮ ਉਹਨੂੰ ਆਹੀ ਹੁੰਦਾ ਵੈਸੇ ਤਾਂ ਨਹੀਂ ਕਰੇ ਅਤੇ ਚਲੋ ਉੱਪਰ ਚੱਲਦੇ ਹਾਂ ਉਹ ਸਾਰਿਆਂ ਸੁੱਟਣਾ ਤੁਸੀਂ ਮੈਨੂੰ ਟਾਈਜ਼ਨ ਹੋਣੀ ਆਪਾਂ ਖੋਲ੍ਹਤੇ ਆ ਟਾਈਜ਼ਨ ਪੂਰਾ ਖੁਸ਼ ਹੋਇਆ ਹੋਇਆ ਅੱਜ ਤੂੰ ਨਾ ਡਿੱਗ ਜੀ ਕਿਤੇ ਓਏ 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 ਸਿੱਧੇ ਚੜ ਓਏ ਹੁਣੇ ਵੇਖੇ ਉਹਨੇ ਸਾਹ ਚੜ ਜਾਣਾ ਹਾਂ ਪਾਣੀ ਵੀ ਗਿਆ ਜਾ ਪਾਣੀ ਵੀ ਗਿਆ ਓਏ ਨਹੀਂ ਕਦੀ ਕੁਝ ਕਹਿੰਦਾ ਉਹਨੇ ਅੱਲਾ ਆਵਾ ਇਧਰ ਆ ਇਧਰ ਕਾਫੀ ਬੜਾ ਡੱਡ ਰਾਤ ਤਾਂ ਇੱਕੋ ਬੜ ਮੈਨੂੰ ਸੁੱਟੀ ਨਾ ਭਰਾ ਮੈਂ ਜ਼ਿੰਦਗੀ ਜੀਣੀ ਹੈ ਬਣਾਈਏ ਫਿਰ ਨਹੀਂ ਤੈਨੂੰ ਗੱਲ ਚੱਲ ਨਹੀਂ ਕੁਛ ਇੰਜਲਾ ਵੇਖੀ ਕਿੱਦਾਂ ਕੀ ਆ ਵੈਸੇ ਵਾਲ ਚਿੱਟੇ ਹੋ ਗਏ ਆ ਬੁੱਢਾ ਹੋ ਗਿਆ ਉਮਰ ਹੋ ਗਈ ਉਹਦੀ ਹੁਣ 6 ਸਾਲ ਦਾ ਚੱਲ ਸਿੱਟੋ ਸਿੱਟ ਸਿੱਟ ਦੂੰਗਾ ਜੀ ਬਿਸਕੁਟ ਦੂੰਗਾ ਧੱਕਾ ਸਟਾਰਟ ਹੈ ਚੱਲ ਪਰੇ ਹੋ ਜਾਣ ਜਾਣ ਦੇ ਇਹਨੂੰ ਬੰਨਣਾ ਪੈਣਾ ਇਹਨੂੰ ਚਖਮਾ ਦੇ ਕੇ ਥੱਲੇ ਜਾਣਾ ਪੈਣਾ ਵਾ ਏਦਾਂ ਇਹਨੇ ਥੱਲੇ ਨਹੀਂ ਜਾਣ ਦੇਣਾ ਇੱਧਰ ਆ ਟਾਈਜ਼ਨ ਬੰਨ ਮਿੱਟੂ ਬੰਨ ਇਹਨੇ ਨਹੀਂ ਆਣਾ ਕਿਉਂ ਨਹੀਂ ਆਣਾ ਤੈਨੂੰ ਤਾਂ ਵੈਸੇ ਨਹੀਂ ਕੁਛ ਕਹਿੰਦਾ ਸੰਗਲੀ ਫੜ ਕੇ ਲਿਆ ਇਹਨੂੰ ਕਿਹਦੇ ਪਿੱਛੇ ਪਿੱਛੇ ਭੱਜ ਜਾ ਆਪੇ ਬੰਨੇ ਜਾਏਗਾ ਚੱਲ ਉੱਧਰ ਯਾਰ ਰਹਿਣ ਦੇ ਦੱਸ ਤਾਂ ਲੱਗਦਾ ਹੈ ਮੈਨੂੰ ਲੱਗੇ ਗੁੱਸਾ ਕਰੂਗਾ ਕੋਈ ਵਾਰਨ ਨੂੰ ਟਾਈਜੂ ਟਾਈਜੂ ਇਹਦੇ ਪਿੱਛੇ ਪਿਆ ਓਏ ਉਹ ਕੀ ਹੋ ਤੇਰੀ ਉਹਨਾਂ ਦੁਸ਼ਮਣੀ ਕੋਈ ਹੈ ਪਾਣੀ ਪੀਣਾ ਆ ਜਾ ਤਮਾ ਦੋ ਜਣੇ ਨਿਕਲ ਜੋੜੀ ਪਤਾ ਲੱਗ ਗਿਆ ਪਤਾ ਲੱਗ ਗਿਆ ਪਤਾ ਲੱਗ ਗਿਆ ਓਏ ਖੋਲ ਬੰਦ 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 ਹੁਣ ਲੱਗ ਗਿਆ ਪਤਾ ਪਾਣੀ ਛੱਡ ਆਇਆ ਆਪਣਾ ਉੱਥੇ ਜਾ ਪਾਣੀ ਨਿਕਲ ਮਾਰ 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 ਬੂਆ ਮਾਰ ਬੂਆ ਮਾਰ ਚਲੋ ਇੱਕ ਜਣਾ ਗਿਆ ਜਾ ਜਾ ਪਾਣੀ ਪੀ ਉਹ ਸਮਝ ਕੇ ਚਲਾਕੀ ਹੋਣੇ ਮੈਨੂੰ ਜਾਣ ਕੇ ਪਾਣੀ ਪਿਆਣ ਦੇ ਕਹਿੰਦੇ ਜਾਣ ਕੇ ਪਾਣੀ ਪਿਆਣ ਦੇ ਹੀ ਹੈ ਥੱਲੇ ਜਾਣ ਦੀ ਸੰਘਰਸ਼ ਕਰੀਏ ਮੜਾ ਟਰਾਈ ਮਾਰੀ ਕਿੱਦਾਂ ਥੱਲੇ ਜਾਣਾ
ਚੱਲ ਆ ਜਾ ਆ ਜਾ ਲੰਘ ਜਾਓ ਨਾ ਫਿਰ ਆ ਗਿਆ ਮੈਂ ਹੀ ਪੜ੍ਹਦਾ ਇਹਨੂੰ ਕਰਦਾ ਕੁਛ ਚੰਗਾ ਫਿਰ ਕੱਲ ਆਉਣਾ ਜੇ ਮੇਰਾ ਟਾਈਮ ਲੱਗਾ ਠੀਕ ਆ ਮੈਂ ਜਾਣਾ ਦੋ ਚਾਰ ਕੰਮ ਕਰਨ ਜਾਣਾ ਚੰਗਾ ਮੈਂ ਵੀ ਚੱਲਿਆ ਮੰਮੀ ਜੀ ਫਿਰ ਤਿਆਰੀਆਂ ਕਰੀਏ ਮਾੜੀਆਂ ਜੀ ਮੈਂ ਮੁੰਡੇ ਆ ਚੱਲਾਂ ਹੈਂ ਰਾਖੀ ਕਰ ਕੇ ਮੈਂ ਤਿਆਰੀ ਕਰਨੀ ਸੀ ਦੱਸ ਜਾਣਾ ਨੀ ਮੈਂ ਉਹ ਮੈਂ ਘੁੰਮਣ ਜਾਣਾ ਨਾ ਮੁੰਡਿਆਂ ਨਾਲ ਉਹ ਤਿਆਰੀ ਵਾਸਤੇ ਚੱਲਾਂ ਅਸੀਂ ਵੀ ਚਲੀਏ ਆਪਣੇ ਕੰਮ ਕਾਰ ਕਰੀਏ ਦੋਸਤ ਨਾਲ ਚਲੀਏ ਮੁੰਡਾ ਬਾਕੀ ਰੋਣ ਦੇ ਹੀ ਆ ਹੁਣ ਤਾਂ ਰੋਣ ਦਾ ਸਿਸਟਮ ਹੀ ਨਹੀਂ ਬਣਦਾ ਚੁੱਪ ਕਰਾਉਣਾ ਜਰਾ ਮੈਂ ਇਹਨਾਂ ਨੂੰ